हाँ जी, किदा सारे दोस्तों, तुसी पंजाबी सिंगरां नू जन्मदिन मनाउंदे दा देखिया होवेगा, पर दोस्तों कोरोना महामारी चल रही है, पंजाबी सिंगर अपने चाहण वालियां दे नाल बर्थडे मनाउण तों गुरेज करदे ने। पर दोस्तों तुसी पंजाबी सिंगर खान साहब नू तां जानदे हो, जो दोस्तों तुहानू घैंट घैंट सौंग दिंदा रहिंदा, पर दोस्तों अज पंजाबी सिंगर खान साहब ते FIR दर्ज कर दित्ती। क्यों, पूरी वीडियो देख लियो, तुहानू दसांगे की होया खान साहब दे नाल जो उन्हां दे उत्ते FIR दर्ज करनी पई। दोस्तों जिस तरह ही तुहानू पता है कि हर साल खान साहब दा बर्थडे हुंदा ते हर साल खान साहब दे चाहण वाले उसदे घर आके केक कटवाउंदे ने खान साहब तों उसदे बर्थडे उत्ते। ਤਾਂ ਦੋਸਤੋ ਅੱਜ ਖਾਨ ਸਾਹਿਬ ਦਾ ਬਰਥਡੇ ਸੀ, ਜਿਸ ਦੀਆਂ ਖਾਨ ਸਾਹਿਬ ਨੂੰ ਰਾਤ ਤੋਂ ਹੀ ਬਰਥਡੇ ਦੀਆਂ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਸਨ। ਤੇ ਦੋਸਤੋ ਤੁਹਾਨੂੰ ਦੱਸ ਦਈਏ, ਖਾਨ ਸਾਹਿਬ ਦੇ ਚਾਹਣ ਵਾਲੇ ਖਾਨ ਸਾਹਿਬ ਦੇ ਬਰਥਡੇ ਦਾ ਕੇਕ ਕਟਵਾਉਣ ਦੇ ਲਈ ਰਾਤੀ ਖਾਨ ਸਾਹਿਬ ਦੇ ਘਰ ਪਹੁੰਚ ਗਏ। ਇਹ ਤਾਂ ਦੋਸਤੋ ਬਹੁਤ ਵਧੀਆ ਗੱਲ ਆ, ਉਹਨਾਂ ਦੇ ਚਾਹਣ ਵਾਲੇ ਖਾਨ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਬਰਥਡੇ ਦੇ ਉੱਤੇ ਘਰ ਆ ਕੇ ਕੇਕ ਕਟਵਾਉਂਦੇ ਨੇ। ਪਰ ਦੋਸਤੋ ਇਸ ਵਾਰ ਕੋਰੋਨਾ ਮਹਾਮਾਰੀ ਚੱਲ ਰਹੀ ਆ, ਪਰ ਫਿਰ ਵੀ ਖਾਨ ਸਾਹਿਬ ਦੇ ਚਾਹਣ ਵਾਲੇ ਉਸਦੇ ਘਰ ਕੇਕ ਕੱਟਣ ਤਾਂ ਪਹੁੰਚੇ, ਨਾਲ ਬੈਂਡ ਬਾਜਾ ਲੈ ਕੇ ਖਾਨ ਸਾਹਿਬ ਦੇ ਘਰ ਨੱਚਦੇ ਪਹੁੰਚੇ। ਤੇ ਤੁਹਾਨੂੰ ਦੱਸ ਦਈਏ ਦੋਸਤੋ, ਖਾਨ ਸਾਹਿਬ ਦੇ ਚਾਹਣ ਵਾਲਿਆਂ ਦੇ ਰਾਹੀਂ ਬੈਂਡ ਬਾਜਾ ਲੈ ਕੇ ਆਏ ਤੇ ਬਿਨਾਂ ਮਾਸਕ ਤੋਂ ਆਏ ਖਾਨ ਸਾਹਿਬ ਦੇ ਚਾਹਣ ਵਾਲਿਆਂ ਦੇ ਕਾਰਨ ਅੱਜ ਖਾਨ ਸਾਹਿਬ ਦੇ ਉੱਤੇ FIR ਦਰਜ ਕਰ ਦਿੱਤੀ ਗਈ। ਆਓ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੇ, ਦਿਖਾ ਦਿੰਦੇ ਹਾਂ ਤੁਹਾਨੂੰ ਉਹ ਵੀਡੀਓ ਕਿ ਕਿਸ ਤਰ੍ਹਾਂ ਖਾਨ ਸਾਹਿਬ ਦੇ ਚਾਹਣ ਵਾਲੇ ਖਾਨ ਸਾਹਿਬ ਦੇ ਘਰ ਪਹੁੰਚ ਗਏ ਬੈਂਡ ਬਾਜਾ ਲੈ ਕੇ। ਤੇ ਵੀਡੀਓ ਨੂੰ ਐਂਡ ਤੱਕ ਪੂਰਾ ਦੇਖੋ, ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਖਾਨ ਸਾਹਿਬ ਦੇ ਉੱਤੇ, ਤੁਸੀਂ ਆਪ ਹੀ ਦੇਖ ਲਵੋ।
ਸਾਨੂੰ ਅੱਜ ਹੀ ਸੁਬਹਾ ਪਤਾ ਲੱਗਾ ਵੀ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹੜਾ ਕਿ ਗਾਇਕ ਹੈਗਾ ਆ ਆਪਣਾ ਇਮਰਾਨ ਖਾਨ ਇੰਜੀਅਸ ਖਾਨ ਉਹਦੀ ਵੀਡੀਓ ਜਿਹੜੀ ਹੈਗੀ ਆ ਬਰਥਡੇ ਮਨਾ ਰਹੇ ਉਹ 7-8 ਦੀ ਰਾਤ ਨੂੰ ਜਿਹੜੀ ਹੁਣ ਤੱਕ ਦੀ ਸਾਨੂੰ ਗੱਲ ਪਤਾ ਲੱਗੀ 7-8 ਦੀ ਦਰਮਿਆਨੀ ਰਾਤ ਨੂੰ ਇਹਨਾਂ ਨੇ ਆਪਣਾ ਬਰਥਡੇ ਮਨਾਇਆ ਜਿਸ 'ਚ ਬੈਂਡ ਵੱਜ ਰਿਹਾ ਔਰ ਭੰਗੜਾ ਪਾ ਰਹੇ ਆ ਉਹਦੀ ਸੰਬੰਧੀ FIR ਨੰਬਰ 61 ਅੱਜ ਅਸੀਂ ਦਰਜ ਕੀਤੀ ਆ PS ਨਾਮਪੁਰਾ ਫਗਵਾੜੇ 'ਚ ਔਰ ਮੇਰੀ ਤੁਹਾਡੇ ਚੈਨਲ ਥਰੂ ਵੀ ਇਹ ਬੇਨਤੀ ਹੈ ਵੀ ਜਿਹੜੀਆਂ ਗੌਰਮੈਂਟਸ ਵੱਲੋਂ ਕੋਵਿਡ ਦੀਆਂ ਹਦਾਇਤਾਂ ਆ ਉਹਦੀ ਪਾਲਣਾ ਕੀਤੀ ਜਾਵੇ ਉਹਨੂੰ ਬ੍ਰੇਕਅਪ ਨਾ ਕੀਤਾ ਜਾਵੇ ਔਰ ਕੋਈ ਵੀ ਹੋਵੇ ਬੇਸ਼ੱਕ ਜੇ ਉਹ ਬ੍ਰੇਕ ਕਰੇਗਾ ਤਾਂ ਉਹਦੇ ਮੁਤਾਬਕ ਐਜ਼ ਪਰ ਲਾ ਕਾਰਵਾਈ ਕੀਤੀ ਜਾਵੇ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿੱਧਰ ਦੀ ਆਏ ਆ ਕੌਣ ਕੌਣ ਹੈਗੇ ਆ ਅਸੀਂ ਉਹ ਵੀਡੀਓ ਤੋਂ ਹੀ ਬੰਦੇ ਵੀ ਆਈਡੈਂਟੀਫਾਈ ਕਰਾਂਗੇ ਔਰ ਬੈਂਡ ਵਾਲੇ ਵੀ ਆਈਡੈਂਟੀਫਾਈ ਕਰਾਂਗੇ ਬਿਲਕੁਲ ਸਾਰਿਆਂ 'ਤੇ ਹੋਏਗਾ ਜੀ ਕਿਉਂਕਿ ਉਹਨਾਂ ਨੂੰ ਬਕਾਇਦਾ ਉਹਨੇ ਪੈਸੇ ਲਏ ਹੋਣਗੇ ਹਾਂਜੀ ਜਦਕਿ ਰਾਤ ਦੇ ਸਮੇਂ ਮਨਾਈ ਹੈਗੀ ਆ ਬੈਂਡ ਦੀ ਔਰ ਜਿਹੜੇ ਵੀ ਜਲੰਧਰ ਤੋਂ ਆਏ ਹੋਏ ਆ ਜਿਹੜੀ ਹੁਣ ਤੱਕ ਦੀ ਸਾਨੂੰ ਕਲੀਅਰ ਹੋ ਰਹੀ ਗੱਲ ਵੀ ਸਾਂਝੀ ਸਾਂਝ ਨਾਂ ਦਾ ਹੈਗਾ ਗਾਇਕ ਜਿਹੜਾ ਉਹ ਇਹਦਾ ਸ਼ਾਇਦ ਕਲੀਗ ਹੈਗਾ ਇਹਦਾ ਫਰੈਂਡ ਹੈਗਾ ਉਹ ਸਰਪ੍ਰਾਈਜ਼ ਦੇਣ ਲਈ ਆਇਆ ਜਲੰਧਰ ਤੋਂ ਚੱਲ ਕੇ ਆਏ ਆ ਔਰ ਉਹਦੇ ਸੰਬੰਧੀ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂਜੀ ਦੇਖ ਲਿਆ ਤੁਸੀਂ ਕਿਸ ਤਰ੍ਹਾਂ ਖਾਨ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਪਰ ਦੋਸਤੋ ਪੰਜਾਬੀ ਸਿੰਗਰ ਖਾਨ ਸਾਹਿਬ ਨੂੰ ਆਪਣਾ ਹੀ ਬਰਥਡੇ ਮਹਿੰਗਾ ਪੈ ਗਿਆ ਤੁਹਾਡਾ ਕੀ ਕਹਿਣਾ ਦੋਸਤੋ ਖਾਨ ਸਾਹਿਬ ਦੇ ਬਰਥਡੇ ਬਾਰੇ ਥੱਲੇ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਨਾ ਨਾ ਭੁੱਲਣਾ ਤੇ ਇਸ ਅਪਡੇਟ ਨੂੰ ਸਭ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਕਿ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਉਸਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਂਦੀ ਆ ਚਾਹੇ ਉਹ ਆਮ ਨਾਗਰਿਕ ਹੋਵੇ ਚਾਹੇ ਉਹ ਸਟਾਰ ਹੋਵੇ ਕਾਨੂੰਨ ਸਭ ਦੇ ਲਈ ਇੱਕ ਆ ਜੇਕਰ ਦੋਸਤੋ ਤੁਸੀਂ ਚੈਨਲ ਤੇ ਨਵੇਂ ਤਾਂ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਨਵੀਂ ਅਪਡੇਟ ਆਵੇ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ